ਬਲੈਕ ਟੂ ਉਹਨਾਂ ਲੋਕਾਂ ਦੀ ਗੱਲ ਕਰਦੀ ਆ ਜਿਹੜੇ ਲੋਕ ਪਾਕਿਸਤਾਨ ਦੇ ਸਰਦਾਰ ਸੀਗੇ ਵੰਡ ਤੋਂ ਬਾਅਦ ਬਲੈਕੀਏ ਬਣ ਬੰਦੇ ਬਲੈਕ ਨਹੀਂ ਕਰਦੇ ਸੀ ਉਹਨਾਂ ਦੇ ਘਰਾਂ ਜਾ ਕੇ ਸ਼ਰਾਬ ਰੱਖੇ ਹੁੰਦੇ ਸੀ ਤਾਂ ਉਹਨਾਂ ਦੇ ਉੱਤੇ ਪਰਚੇ ਪੈ ਜਾਂਦੇ ਸੀਗੇ ਉਹ ਨਜਾਇਜ਼ ਫਸ ਜਾਂਦੇ ਸੀ ਵਿਚਾਰੇ ਅਸੀਂ ਉਦੋਂ ਤੱਕ ਫਿਲਮ ਨੂੰ ਸ਼ੂਟ ਨਹੀਂ ਕੀਤਾ ਜਦੋਂ ਤੱਕ ਅਸੀਂ ਇਹਦੇ ਪ੍ਰੋਪਰ ਰਿਸਰਚ ਨਹੀਂ ਕੀਤੀ ਬਟ ਪੁਲਿਸ ਵਾਲੇ ਕਹਿੰਦੇ ਸੀ ਵੀ ਜੇ ਬਲੈਕ ਹੋ ਰਹੀ ਹੈ ਸ਼ਰਾਬ ਨਿਕਲ ਰਹੀ ਹੈ ਤਾਂ ਫਿਰ ਸਾਨੂੰ ਗ੍ਰਿਫਤਾਰੀਆਂ ਵੀ ਚਾਹੀਦੀਆਂ ਤਾਂ ਹੁਣ ਬਲੈਕੀਆ ਟੂ ਵੀ ਜਿਵੇਂ ਕਿ ਮੇਰਾ ਤੁਸੀਂ ਦੇਖਿਆ ਹੀ ਹੈ ਸਾਰਾ ਕਿਸੇ ਨਾ ਕਿਸੇ ਕੰਟੈਂਟ ਨੂੰ ਕਿਸੇ ਨਾ ਕਿਸੇ ਮੁੱਦੇ ਨੂੰ ਜ਼ਰੂਰ ਛੂੰਹਦਾ ਕੋਈ ਨਾ ਕੋਈ ਮੈਸੇਜ ਜ਼ਰੂਰ ਦੇ ਕੇ ਜਾਂਦਾ ਸੋ ਮੈਂ ਇੱਦਾਂ ਦਾ ਸਿਨੇਮਾ ਕਰਨਾ ਪਸੰਦ ਕਰਦਾ ਸੋ ਉਸ ਲੜੀ ਦੇ ਵਿੱਚ ਬਲੈਕੀਆ ਟੂ ਹੈ ਬਲੈਕੀਆ ਟੂ ਉਹਨਾਂ ਲੋਕਾਂ ਦੀ ਗੱਲ ਕਰਦੀ ਆ ਜਿਹੜੇ ਲੋਕ ਪਾਕਿਸਤਾਨ ਦੇ ਸਰਦਾਰ ਸੀਗੇ ਬਟ ਇੱਧਰ ਆ ਕੇ ਵੰਡ ਤੋਂ ਬਾਅਦ ਬਲੈਕੀਏ ਬਣ ਗਏ ਅਤੇ ਉਹਨਾਂ ਨੇ ਜਿੰਨਾ ਹੋ ਸਕਿਆ ਪਹਿਲਾਂ ਆਪਣੀਆਂ ਜ਼ਮੀਰਾਂ ਜਾਗਦੀਆਂ ਦੇ ਨਾਲ ਕੋਸ਼ਿਸ਼ ਕੀਤੀ ਕਿ ਹੱਕ ਸੱਚ ਦੀ ਰੋਟੀ ਖਾਧੀ ਜਾਵੇ ਪਰ ਹਾਲਾਤ ਉਹਨਾਂ ਦੇ ਹੱਕ 'ਚ ਨਹੀਂ ਰਹੇ ਜਿਹੜੀਆਂ ਜ਼ਮੀਨਾਂ ਉਹਨਾਂ ਨੂੰ ਸਰਕਾਰ ਨੇ ਅਲੋਟ ਕੀਤੀਆਂ ਉਹ ਜ਼ਮੀਨਾਂ ਬਹੁਤ ਬੰਜਰ ਜ਼ਮੀਨਾਂ ਸੀ ਜਾਂ ਹੜ੍ਹ ਦੀ ਮਾਰ ਥੱਲੇ ਸੀਗੀਆਂ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਸਰਹੱਦੀ ਏਰੀਆ 'ਚ ਪਾਣੀ ਆਉਂਦਾ ਸੀ ਤਾਂ ਉਹ ਮਿੱਟੀ ਜਿਹੜਾ ਕੇ ਲੈਂਦਾ ਸੀ ਜ਼ਮੀਨਾਂ ਦੀ ਉਹ ਟੋਏ ਬਣ ਜਾਂਦੇ ਸੀਗੇ ਹੈ ਨਾ ਉੱਥੇ ਕੋਈ ਫਸਲ ਨਹੀਂ ਸੀ ਹੁੰਦੀ ਹੁਣ ਹਰ ਬੰਦਾ ਪੇਟ ਤਾਂ ਭਰਨਾ ਹੀ ਹੈ ਬੱਚੇ ਪਾਲਣੇ ਆ ਤਾਂ ਉਹਨਾਂ ਨੂੰ ਲੱਗਿਆ ਕਿ ਜਿਹੜੇ ਇਲਾਕੇ ਦੇ ਹੋਰ ਲੋਕ ਸੀ ਉਹਨਾਂ ਨੇ ਬਲੈਕ ਦਾ ਕੰਮ ਕਰਨਾ ਸ਼ੁਰੂ ਕਰਤਾ ਕਈਆਂ ਨੇ ਸੋਚਿਆ ਕਿ ਅਸੀਂ ਬਲੈਕ ਨਹੀਂ ਕਰਨੀ ਹੱਕ ਸੱਚ ਦੀ ਰੋਟੀ ਖਾਣੀ ਆ ਅਤੇ ਪਰ ਜਿਹੜੇ ਬਲੈਕ ਕਰਦੇ ਸੀ ਉਹ ਕਿਤੇ ਨਾ ਕਿਤੇ ਸਿਸਟਮ ਨੂੰ ਖਰੀਦ ਲੈਂਦੇ ਸੀ ਪੁਲਿਸ ਨੂੰ ਖਰੀਦ ਲੈਂਦੇ ਸੀ ਬਟ ਪੁਲਿਸ ਵਾਲੇ ਕਹਿੰਦੇ ਸੀ ਵੀ ਜੇ ਬਲੈਕ ਹੋ ਰਹੀ ਹੈ ਸ਼ਰਾਬ ਨਿਕਲ ਰਹੀ ਹੈ ਤਾਂ ਫਿਰ ਸਾਨੂੰ ਗ੍ਰਿਫਤਾਰੀਆਂ ਵੀ ਚਾਹੀਦੀਆਂ ਨੇ ਵੀ ਕਿਵੇਂ ਨਾ ਕਿਵੇਂ ਅਸੀਂ ਵੀ ਦਿਖਾਉਣਾ ਅੱਗੇ ਕਿ ਹਾਂਜੀ ਜੇ ਅਸੀਂ ਇਸ ਚੀਜ਼ ਦੇ ਉੱਤੇ ਕੰਟਰੋਲ ਕਰ ਰਹੇ ਹਾਂ ਤਾਂ ਉਹ ਕੀ ਕਰਦੇ ਸੀ ਜਿਹੜੇ ਬੰਦੇ ਬਲੈਕ ਨਹੀਂ ਕਰਦੇ ਸੀ ਉਹਨਾਂ ਦੇ ਘਰਾਂ ਜਾ ਕੇ ਸ਼ਰਾਬ ਰੱਖੇ ਹੁੰਦੇ ਸੀ ਤਾਂ ਉਹਨਾਂ ਦੇ ਉੱਤੇ ਪਰਚੇ ਪੈ ਜਾਂਦੇ ਸੀਗੇ ਉਹ ਨਜਾਇਜ਼ ਫਸ ਜਾਂਦੇ ਸੀ ਵਿਚਾਰੇ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲੱਗਿਆ ਕਿ ਯਾਰ ਸਾਡੇ ਨਾਲ ਧੱਕਾ ਹੋ ਰਿਹਾ ਸਾਡੀਆਂ ਲੇਡੀਜ਼ ਦੀ ਜਿਹੜੀ ਤਲਾਸ਼ੀ ਲਈ ਜਾਂਦੀ ਹੈ ਜਦੋਂ ਕੰਮ ਕਰਨ ਜਾਂਦੀਆਂ ਨੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਤਾਂ ਬੜੇ ਗੰਦੇ ਤਰੀਕੇ ਨਾਲ ਲਈ ਜਾਂਦੀ ਹੈ ਸੋ ਉਹਨਾਂ ਲੱਗਦਾ ਕਿ ਸਾਡੀ ਕੋਈ ਇੱਜ਼ਤ ਨਹੀਂ ਹੈ ਸਮਾਜ ਦੇ ਵਿੱਚ ਤਾਂ ਉਹਨਾਂ ਨੇ ਵੀ ਫਿਰ ਇਹੀ ਧੰਦਾ ਅਪਣਾ ਲਿਆ ਬਲੈਕ ਕਰਨ ਦਾ ਤਾਂ ਕਿਵੇਂ ਬਲੈਕ ਕਰਦੇ ਸੀਗੇ ਕਿੱਦਾਂ ਜਿਹੜੀ ਪੀਲੇ ਰੰਗ ਦੀ ਸੋਨੇ ਦੀ ਬਲੈਕ ਸੀਗੀ ਉਹ ਕਿਵੇਂ ਅੱਜ ਚਿੱਟੇ ਦੇ ਵਿੱਚ ਬਦਲ ਗਈ ਇਹ ਇੱਕ ਸਾਰ ਹੈ ਫਿਲਮ ਦਾ ਅੱਛਾ ਤੁਸੀਂ ਬੜਾ ਡਿਟੇਲ ਦੇ ਵਿੱਚ ਦੱਸਿਆ ਸੀ ਤੇ ਬਲੈਕੀਏ ਦੇ ਅਰਥ ਸਿੱਧੇ ਜੇ ਸਮਝਦੇ ਰਹੇ ਜਿਹੜਾ ਵੀ ਕੋਈ 2 ਨੰਬਰ ਦਾ ਕੰਮ ਕਰਦਾ ਤੇ ਕਿੰਨਾ ਕੁ ਚਿਰ ਖੋਜ ਕੀਤੀ ਜਾਂ ਕੋਈ ਜਾਂਚ ਪੜਤਾਲ ਅਸੀਂ ਸਾਡੀ ਸਾਲ ਸਾਰਾ ਸਾਲ ਦੀ ਰਿਸਰਚ ਹੈ ਜੀ ਅਸੀਂ ਉਦੋਂ ਤੱਕ ਫਿਲਮ ਨੂੰ ਸ਼ੂਟ ਨਹੀਂ ਕੀਤਾ ਜਦੋਂ ਤੱਕ ਅਸੀਂ ਇਹਦੀ ਪ੍ਰੋਪਰ ਰਿਸਰਚ ਨਹੀਂ ਕੀਤੀ ਅਸੀਂ ਅੰਮ੍ਰਿਤਸਰ ਦੇ ਏਰੀਏ ਦੇ ਜਿੰਨੇ ਪੁਰਾਣੇ ਬਲੈਕੀਏ ਸੀਗੇ ਬਜ਼ੁਰਗ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਬੜੀਆਂ ਵਧੀਆ ਵਧੀਆ ਸਾਨੂੰ ਗੱਲਾਂ ਦੱਸੀਆਂ ਇਨਫੋਰਮੇਸ਼ਨ ਬਹੁਤ ਮਿਲੀ ਸਾਨੂੰ ਤਾਂ ਉਹਨਾਂ ਨੇ ਦੱਸਿਆ ਕਿ ਕਿਵੇਂ ਹਾਜੀ ਮਸਤਾਨ ਤੱਕ ਪਹੁੰਚ ਹੁੰਦੀ ਸੀ ਉੱਧਰੋਂ ਅਫਗਾਨਿਸਤਾਨ ਦੇ ਜ਼ਰੀਏ ਪਾਕਿਸਤਾਨ ਗੋਲਡ ਆਉਂਦਾ ਸੀ ਟੇਪ ਰਿਕਾਰਡਰ ਆਉਂਦੇ ਸੀ ਘੜੀਆਂ ਆਉਂਦੀਆਂ ਸੀਗੀਆਂ ਤਾਂ ਉਹ ਕਿਵੇਂ ਸਾਜੋ ਸਮਾਨ ਇੰਪੋਰਟਡ ਸਮਾਨ ਫਿਰ ਇੱਧਰ ਬਲੈਕ ਦੇ ਵਿੱਚ ਵੇਚਿਆ ਜਾਂਦਾ ਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।